ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਕੋ ਨਾਨਕidev ਜੀ ਮਹਾਰਾਜ ਨੇ ਸਿੱਖੀਸਮ ਦੇ ਤਿੰਨ ਗੋਲਡਨ ਰੂਲ ਦੱਸੇ ਨੇ ਪਹਿਲਾ ਰੂਲ ਹੈ ਕਿਰਤ ਕਰੋ ਕਿਰਤ ਕਰਉ ਦਾ ਮਤਲਬ ਹੁੰਦਾ ਹੈ ਆਪਣਾ ਕੰਮ ਮਿਹਨਤ ਤੇ ਇਮਾਨਦਾਰੀ ਨਾਲ ਕਰੋ ਦੂਜਾ ਰੂਲ ਨਾਮ ਜਪੋ ਨਾਮ ਜਪੋ ਦਾ ਮਤਲਬ ਹੁੰਦਾ ਹੈ ਰੱਬ ਦਾ ਸਿਮਰਨ ਕਰੋ ਉਹਨਾਂ ਦਾ ਨਾਮ ਚਪੋ ਤੀਜਾ ਰੂਲ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਹੈ ਉਹ ਹੈ ਵੰਡ ਛਕੋ ਐਸਾ ਮਤਲਬ ਹੁੰਦਾ ਹੈ ਕਿ ਆਪਣੀ ਕਮਾਈ ਦਾ ਇੱਕ ਹਿੱਸਾ ਸੋਸ਼ਲ ਵੈਲਫੇਅਰ ਲਈ ਦਾਨ ਕਰੋ ਐਸੀ ਸਿੱਖਿਆ ਦੇ ਆਧਾਰ ਤੇ ਗੁਰਦੁਆਰਿਆਂ ਵਿੱਚ ਲੰਗਰ ਦੀ ਸੇਵਾ ਕਰਾਈ ਜਾਂਦੀ ਹੈ ਜਿਹਦੇ ਸਾਰਿਆਂ ਨੂੰ ਭਾਵੇਂ ਵੱਡਾ ਹੋਏ ਜਾਂ ਨਿੱਕਾ ਅਮੀਰ ਹੋਏ ਜਾਂ ਗਰੀਬ ਕਿਸੇ ਵੀ ਰਿਲੀਜਨ ਦਾ ਹੋਏ ਕਾਸਟ ਰੇਸ ਕਲਰ ਸਾਰਿਆਂ ਨੂੰ ਇੱਕੋ ਥਾਂ ਬਿਠਾ ਕੇ ਸੇਮ ਰਿਸਪੈਕਟ ਦੇ ਨਾਲ ਲੰਗਰ ਛਕਾਇਆ ਜਾਂਦਾ ਹੈ ਐਸੀ ਸਿੱਖਿਆ ਦੇ ਆਧਾਰ ਤੇ ਦਸਵੰਤ ਦੀ ਪ੍ਰਥਾ ਵੀ ਹੈ ਚਦੇ ਵਿੱਚ ਗੁਰਸਿੱਖ ਆਪਣੀ ਕਮਾਈ ਦਾ ਦਸਵਾਂ ਹਿੱਸਾ ਸੋਸ਼ਲ ਵੈਲਫੇਅਰ ਲਈ ਦਾਨ ਕਰ ਦੇਣੇ ਗੁਰੂ ਮਹਾਰਾਜ ਦੇ ਪ੍ਰਕਾਸ਼ ਪर्व ਦੇ ਉਪਲਕਸ਼ਿ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਬਾਬਾ ਜੀ ਦੇ ਦਸੇ ਹੋਏ ਐਨਥਿੰ ਗੋਲਡਨ ਰੂਲ ਨੂੰ ਇੰਪਲੀਮੈਂਟ ਕਰੀਏ ਤੇ ਇਸ ਦੁਨੀਆ ਨੂੰ ਇੱਕ ਬੈਟਰ ਪਲੇਸ ਬਣਾਈਏ ਆਪ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪर्व ਦੀ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ Fat